ਨੀ ਹੋ ਸਕਦਾ ਕਿ ਤੁਸੀਂ ਬਹੁਤ ਖੁਸ਼ ਹੋ ਤੇ ਤੁਹਾਨੂੰ ਕਤੜੀ ਜ਼ਿੰਦਗੀ ਚ ਗਮ ਨਾ ਹੋਵੇ ਤੇ ਤੁਸੀਂ ਬਹੁਤ ਗਮਗੀਨ ਹੋ ਤੇ ਤੁਹਾਡੀ ਜ਼ਿੰਦਗੀ ਚ ਜਿਹੜੀ ਖੁਸ਼ੀ ਨਾ ਆਵੇ ਠੀਕ ਹੈ ਸੋ ਕਈ ਵਾਰੀ ਸਾਡੇ ਕਰ ਯੂ نو ਕੋਈ ਜ਼ਿਆਦਾ ਵੱਡੀ ਕਟਨਾ ਜਿੱਦਾਂ ਕਿ ਕਿਸੇ ਡੈਥ ਹੋ ਗਈ ਤੇ ਮਹੀਨਾ ਮੂਡ ਖਰਾਬ ਰਿਹਾ ਉਹ ਚ ਛੋਟੇ ਜਿਹੇ 2 ਸਾਲ ਦੇ ਬੱਚੇ ਦਾ ਬਰਥਡੇ ਆ ਗਿਆ ਤੇ ਅਸੀਂ ਉਹਨੂੰ ਕਹਤਾ ਕਿ ਨਹੀਂ ਬਈ ਹੁਣ ਆ ਆ ਹੋਇਆ ਤੇ ਆਪਾਂ ਤੇਰਾ ਬਰਥਡੇ ਨਹੀਂ ਮਨਾਣਾ ਹਨਾ ਸੋ ਇਦਾਂ ਨਹੀਂ ਹੋਣਾ ਚਾਹੀਦਾ ਠੀਕ ਹੈ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਜ਼ਿੰਦਗੀ 'ਚ ਔਖਾ ਤੇ ਸੌਖਾ ਸਮਾਂ ਆਂਦਾ ਰਹਿੰਦਾ ਇਹਦੀ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦੀ ਕਿ ਮੇਰੇ ਕੋਲ 120 ਬੰਦਿਆਂ ਦੀ ਟੀਮ ਹੈ ਠੀਕ ਹੈ ਤੇ ਮਾਰਨਿੰਗ ਦੇ ਵਿੱਚ ਮੇਰੇ ਇੱਕ ਯੂ ਨੋ ਏਮਪਲੋਈ ਦੇ ਮਦਰ ਦੀ ਡੈਥ ਹੋ ਗਈ ਤੇ ਦੁਪਹਿਰੇ ਮੇਰੇ ਇੱਕ ਏਮਪਲੋਈ ਦੀ ਉਹ ਥੋੜੇ ਵੱਡੇ ਸੀ ਉਹਦੇ ਡਾਟਰ ਦੇ ਘਰ ਬੇਟਾ ਹੋਇਆ ਠੀਕ ਹੈ ਸੋ ਮੈਨੂੰ ਦੋਨੋਂ ਚੀਜ਼ਾਂ ਦੇਖਣੀਆਂ ਪੈਣੀਆਂ ਹੈ ਨਾ ਮੈਨੂੰ ਇਹ ਨਹੀਂ ਕਹਿ ਸਕਦੀ ਕਿ ਉਹਦੇ ਮੰਮੀ ਦੀ ਡੈਥ ਹੋਈ ਤੇ ਮੈਂ ਸੈਡ ਆ ਤੇ ਯਾ ਮੈਂ ਉਹਨੂੰ ਕਹੇ ਕਿ ਨਹੀਂ ਉਹਨਾਂ ਕਰਤੇ ਮੁੰਡਾ ਆਇਆ ਤੇ ਮੈਂ ਸੰਸਕਾਰ ਤੇ ਨਹੀਂ ਜਾਣਾ ਠੀਕ ਹੈ ਸੋ ਮੈਂ ਮਾਰਨਿੰਗ ਦੇ ਵਿੱਚ ਜਿਹੜਾ ਵਾ ਉਹ ਸੰਸਕਾਰ ਵੀ ਅਟੈਂਡ ਕੀਤਾ ਤੇ ਈਵਨਿੰਗ ਦੇ ਵਿੱਚ ਕੀ ਉਹਨਾਂ ਦੀ ਖੁਸ਼ੀ ਚ ਵੀ ਅਸੀਂ ਸ਼ਾਮਿਲ ਹੋਏ ਜਿਹੜਾ ਕਿ ਨਾਰਮਲ ਤੇ ਹੀ ਪੋਲਿਟਿਸ਼ੀਅਨ ਚ ਵੀ ਦੇਖਦੇ ਰਹਿੰਦੇ ਹੋ ਹਨਾ ਉਹ ਸਾਰੇ ਤਰ੍ਹਾਂ ਦੇ ਸੋ ਉਹ ਵਾਲੀ ਕੁਆਲਿਟੀ ਹੋਣੀ ਜ਼ਿੰਦਗੀ ਚ ਜ਼ਰੂਰੀ ਆ ਤੁਹਾਨੂੰ ਸਵਿਚ ਕਰਨਾ ਆਉਣਾ ਚਾਹੀਦਾ ਕਿਉਂਕਿ ਤੁਸੀਂ ਆਪਣਾ ਮੂਡ ਨਹੀਂ ਦੇਖਣਾ ਠੀਕ ਹੈ ਤੁਸੀਂ ਜਿਹੜੇ ਨਾਲ ਤੁਹਾਡੇ ਐਸੋਸੀਏਟ ਲੋਕ ਆ ਕਿ ਤੁਸੀ ਉਹਨਾਂ ਲਈ ਉਹਨਾਂ ਉਹਨਾਂ ਨੂੰ ਅੱਛਾ ਫੀਲ ਕਰਾਉਣਾ ਜਿਹੜਾ ਉਹ ਜ਼ਰੂਰੀ ਜਿਨ੍ਹਾਂ ਨੇ ਤੁਹਾਨੂੰ ਤੁਹਾਡੇ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਕਿ ਸਾਡੇ ਘਰ ਬੇਟਾ ਹੋਇਆ ਹਨ ਤੁਹਾਨੂੰ ਕੁਝ ਸਮਝਦੇ ਆ ਤੁਹਾਡੇ ਤੇ ਵਿਸ਼ਵਾਸ ਕਰਦੇ ਤੁਹਾਨੂੰ ਪਿਆਰ ਕਰਦੇ ਤਾਂ ਹੀ ਸ਼ੇਅਰ ਕੀਤਾ ਤੇ ਜੇ ਕਿਸੇ ਦੀ ਮਦਦ ਤੇ ਡੈਥ ਹੋਈ ਤੇ ਉਹਨਾਂ ਨੇ ਵੀ ਤੁਹਾਨੂੰ ਦੱਸਿਆ ਜਾਂ ਇੰਨੇ ਸਾਲ ਤੁਹਾਡੇ ਨਾਲ ਕੰਮ ਕੀਤਾ ਤੇ ਤੁਹਾਡਾ ਮਤਲਬ ਸਾਨੂੰ ਸੈਲਫਿਸ਼ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸਵਿਚ ਕਰਕੇ ਵੀ ਆਪਣੇ ਰੋਲ ਜਿਹੜੇ ਨਿਭਾਉਣੇ ਚਾਹੀਦੇ ਜ਼ਿੰਦਗੀ 'ਚ ਜਦੋਂ ਸਾਡੇ ਕੋਲ ਔਖਾ ਸਮਾਂ ਆਂਦਾ ਵਾ ਤੇ ਉਹ ਸੈਡ ਹੋ ਕੇ ਅਸੀਂ ਆਪਣੀ એનર્ਜੀ ਵੇਸਟ ਕਰ ਦਿੰਨੇ ਆ ਤੇ ਫਿਰ ਅੱਗੇ ਨਹੀਂ ਵਧਦੇ ਲੋਕੀ ਤੇ ਅੱਗੇ ਚਾਹੁੰਦੇ ਨੇ ਕਿ ਤੂੰ ਅੱਗੇ ਨਾ ਵਧੋ ਕਿ ਅੱਜ ਤੁਹਾਨੂੰ ਬੁਖਾਰ ਆ ਤੇ ਗੁਆਂਡੀ ਨੇ ਕਹਿ ਦੇਣਾ ਕਿ ਹਾਂਜੀ ਯਾਰ ਅੱਜ ਨਾ ਤੂੰ ਜਾਈਂ ਅੱਜ ਬੁਖਾਰ ਆ ਅੱਜ ਮੀਂਹ ਪੈ ਗਿਆ ਹੁਣ ਤੂੰ ਅੱਜ ਮੀਂਹ ਚਾਏ ਤੇ ਮੈਨੂੰ ਤੇ ਵਧੀਆ ਲੱਗ ਰਿਹਾ ਠੀਕ ਹੈ ਨਾ ਸੋ ਇਸ ਤਰ੍ਹਾਂ ਦੇ ਜਜ਼ਬੇ ਦੇ ਜਿਹੜੀ ਲੋਡ ਆ ਕਿ ਮੀਂਹ ਹੋਵੇ ਹਨੇਰੀ ਹੋਵੇ ਆਪਾਂ ਜਿਹੜਾ ਆਪਣਾ ਜੋ ਸੋਚਿਆ ਕੰਮ ਆ ਉਹਨੂੰ ਮੁਕੰਮ ਕਰਦੀ ਜਿਹੜੀ ਤਕਰੀਬਨ ਹਰ ਇੰਟਰਵਿਊ 'ਚ ਮੈਂ ਦੱਸਦੀ ਹਾਂ ਕਿ 5 ਸਾਲ ਦੀ ਮੈਂ ਆਪਣੀ ਡਿਗਰੀ 'ਚ ਕਦੀ ਛੁੱਟੀ ਨਹੀਂ ਕੀਤੀ ਇਥੋਂ ਰੋਜ਼ ਐਲਪੀਯੂ ਜਾਂਦੀ ਸੀ ਠੀਕ ਹੈ ਲੋਕਲ ਬੱਸਾਂ ਤੇ ਕਦੀ ਕੋਈ ਲੈਕਚਰ ਨਹੀਂ ਮਿਸ ਕੀਤਾ ਠੀਕ ਹੈ ਮੈਂ ਆਪਣੇ ਕਾਲਜ ਦੀ ਟਾਪਰ ਸੀ ਸੋ ਉਹੀ ਆ ਕਿ ਤੇ ਮੇਰੀ ਲਰਨਿੰਗ ਕਿੰਨੀ ਹੋ ਗਈ ਉਹ ਟਾਪਰ ਤੇ ਇੱਕ ਵੱਖਰੀ ਗੱਲ ਆ ਮੈਂ ਸਿੱਖਿਆ ਕਿੰਨਾ ਹੋਏਗਾ ਸੋ ਕੰਸਿਸਟੈਂਟ ਰਹਿਣ ਦਾ ਮੀ ਹੋਵੇ ਹਨੇਰੀ ਹੋਵੇ ਜੋ ਮਰਜ਼ੀ ਹੋਵੇ ਅੱਜ ਹੁਣ ਮੈਂ ਕਿਤੇ ਜਾਣਾ ਹੋਵੇ ਤੇ ਮੀ ਹਨੇਰੀ ਵਾ ਤੇ ਮੈਨੂੰ ਫਰਕ ਹੀ ਨਹੀਂ ਪੈਂਦਾ ਕਿਉਂਕਿ ਮੈਂ 5 ਸਾਲ ਕਾਲਜ 'ਚ ਕਦੀ ਛੁੱਟੀ ਨਹੀਂ ਕੀਤੀ ਤੇ ਮੈਨੂੰ ਲੱਗਦਾ ਕਿ ਮੈਂ ਤੇ ਕਿਸੇ ਵੀ ਮੌਸਮ 'ਚ ਜਾ ਸਕਦੀ ਹਾਂ ਸੋ ਉਹ ਜਜ਼ਬਾ ਚਾਹੀਦਾ ਕਿ ਜੋ ਮਰਜ਼ੀ ਹੋਵੇ ਪਰਸਨਲੀ ਪ੍ਰੋਫੈਸ਼ਨਲੀ ਕਲਾਈਮੇਟ ਯੂ نو ਆਸੇ-ਪਾਸੇ ਜੋ ਤੁਸੀਂ ਮਿੱਥਿਆ ਅੱਜ ਦੇ ਦਿਨ 'ਚ ਮੈਂ ਕੀ ਕਰਨਾ ਉਹਨੂੰ ਜ਼ਰੂਰ ਮੁਕੰਮਲ ਕਰੋ ਅੱਛਾ ਮਨਦੀਪ ਨੂੰ ਇੰਨਾ ਚੀਜ਼ਾਂ ਨੇ ਕਿੰਨਾ ਕ ਸਟਰੋਂਗ ਕਰਤਾ ਫਿਰ ਜੋ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਹੁਣ ਕਿੰਨਾ ਹੁਣ ਕਿੰਨਾ ਕ ਸਟਰੋਂਗ ਹੋਵੇ ਦੇਖੋ ਅੱਗੇ ਹੋਰ ਵੱਡੇ ਚੈਲੰਜ ਆਉਂਦੇ ਜਾਂਦੇ ਨਾ ਮੈਂ ਤੇ ਸਟਰੋਂਗ ਹੀ ਹੋ ਰਹੀ ਹਾਂ ਕਿਉਂਕਿ ਮੈਂ ਆਮ ਵੈਰੀ ਵੈਰੀ ਪੋਜ਼ਿਟਿਵ ਪਰਸਨ ਸੋ ਜੋ ਤੁਸੀਂ ਪਿਛਲੇ ਕ੍ਰਿਟਿਸਿਜ਼ਮ ਦੇਖਿਆ ਹੋਏਗਾ ਕਿ ਪਤਾ ਅੱਜ ਮੈਂ ਉਸ ਤੋਂ ਹੋਰ ਵੱਡੀ ਪ੍ਰੋਬਲਮ ਚੋ ਜਿਹੜੀ ਆ ਗੁਜ਼ਰ ਰਹੀ ਹਾਂ ਸੋ ਨਾ ਰੱਬ ਵੀ ਜਿੱਚ ਸਹਿਣ ਦੀ ਸ਼ਕਤੀ ਹੁੰਦਾ ਨਾ ਹੁੰਦੀ ਉਹਨੂੰ ਹੋਰ ਬਿਲਕੁਲ ਹੋਰ ਜਿਹੜਾ ਉਹਨੂੰ ਫਿਰ ਚੈਲੰਜ ਦਿੰਦਾ ਕਿ ਚਲੋ ਹੁਣ ਤੂੰ ਆ ਸਹਿ ਕੇ ਦਿਖਾ ਭਲਾ ਇਹ ਤੁਸੀਂ ਸਹਿ ਸਕਤੇ ਸੋ ਜਿਹੜੇ ਖੱਬਾ ਤੇ ਸੱਜਾ ਹੱਥ ਜਦ ਆਪਾਂ ਲਾਈਏ ਨਾ ਕਿ ਇੱਕ ਟਾੜਾ ਟਰੱਕ ਥੱਲੇ ਰਹਿਣਾ ਹੂੰ ਟਰੱਕ ਦੇ ਟਾਇਰ ਥੱਲੇ ਤੇ ਇੱਕ ਪਾਸੇ ਤੁਸੀਂ ਫੁੱਲਾਂ 'ਚ ਹੀ ਰਹਿਣਾ ਤੁਹਾਡਾ ਹੱਥ ਠੀਕ ਹੈ ਸੋ ਜ਼ਿੰਦਗੀ ਇਦਾਂ ਹੀ ਚੱਲਦੀ ਹੈ